ਫੋਟ ਵੇਖ ਕੇ ਇੰਜ ਲੱਗਦਾ ਕਿ ਕੋਈ ਵੱਡੀ ਡੀਲ ਹੋਈ ਹੈ ਤੇ ਇੱਕ ਪਾਰਟੀ ਦੂਜੀ ਪਾਰਟੀ ਨੂੰ ਪੈਸੇ ਦੇ ਰਹੀ ਹੈ। ਪਰ ਇਹ ਡੀਲ ਕਿਸੇ ਚੀਜ਼ ਦੀ ਨਹੀਂ ਸਗੋਂ ਇੱਕ ਕੁੜੀ ਦੀ ਹੋਈ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਡੀਲ ਇੱਕ ਪਿਓ ਵੱਲੋਂ ਆਪਣੀ ਧੀ ਦੀ ਕੀਤੀ ਗਈ ਹੈ। ਇੱਕ ਪਿਓ ਆਪਣੀ ਹੀ ਧੀ ਦਾ ਸੌਦਾ ਕਿਉਂ ਕਰਦਾ? ਜਾਣਕਾਰੀ ਲਈ ਦੇਖੋ ਪੂਰੀ ਵੀਡੀਓ। जिन्होंने 376 का केस लगाया है एक बिचारे निर्दोष पर, तो प्रेम प्रसंग के मामले को केवल एक रेप का मामला बताकर उसको जबरदस्ती एक परिवार को किसने पर मजबूर कर दिया था, और आज ये 10 लाख रुपए में अपनी बेटी का सौदा करने के लिए यहाँ पहुंचे हुए हैं। हाँ, ये इसी के साथ है। ये इनकी एक बेटी का अकाउंट, इनने ये कहा था कि 4 लाख रुपए एक अकाउंट में और 4 लाख एक अकाउंट में डाल दी, 2 लाख रुपए कैश दीजिए। मैडम, ये अकाउंट नंबर कितना दी बेटी का? ये इनकी ਚਰਨਜੀਤ ਮੇਰਾ ਨਾਮ। ਸਰ, ਇੱਥੇ ਕੀ ਕਹਿ ਕੇ ਬੁਲਾਇਆ ਗਿਆ ਤੁਹਾਨੂੰ? ਇਹਨਾਂ ਨੇ ਬੁਲਾਇਆ ਵੀ ਅਸੀਂ ਤੁਹਾਨੂੰ, ਤੁਸੀਂ ਇੱਥੇ ਆਓ ਸਾਡੇ ਨਾਲ, ਕਿਉਂਕਿ ਕੇਸ ਦਾ ਸਾਡੇ ਨਾਲ ਫੈਸਲਾ ਕਰੋ ਜੀ। ਤੇ ਤੁਸੀਂ ਕੇਸ ਤਾਂ ਤੁਹਾਡਾ ਚੱਲਦਾ ਹੀ ਪਿਆ ਆਲਰੇਡੀ, ਚੱਲਦਾ ਪਿਆ ਹੀ ਕੇਸ। ਇਹ ਕਹਿੰਦੇ ਫੈਸਲਾ ਕਰਨਾ ਜੀ, ਪੈਸੇ ਨਹੀਂ ਜੀ। ਇਹਨਾਂ ਨੇ ਤਾਂ ਇੱਥੇ ਬੁਲਾ ਕੇ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ। ਇਹ ਤਾਂ ਇਹਨਾਂ ਨੇ ਚਾਲ ਬਣਾਈ ਹੋਈ ਹੈ ਜੀ, ਚਾਲ ਬਣਾਈ ਹੋਈ ਹੈ, ਪੈਸੇ ਨਹੀਂ ਕਰ ਰਹੇ ਸੀ। ਇਹ ਨਹੀਂ ਪਤਾ ਜੀ, ਉੱਥੇ ਪਤਾ ਲੱਗ ਗਿਆ ਕਿਹੜੇ ਥਾਣੇ 'ਚ ਦਰਜ ਹੋਇਆ, ਕਿਹੜੇ ਥਾਣੇ ਦਾ ਮਾਮਲਾ ਜੀ? ਰਾਜੀਨਾਮਾ ਕਹਦਾ ਜੀ? ਇਹ ਕਹਿੰਦੇ ਸਾਡੇ ਨਾਲ ਵੀ ਚਲੋ ਤੁਸੀਂ ਉਹ ਕਰੋ, ਅਸੀਂ ਸਾਨੂੰ ਇਹਨਾਂ ਨੇ ਬੁਲਾਇਆ ਜੀ, ਸਾਜ਼ਿਸ਼ ਤੇ ਬੁਲਾਇਆ ਇਹਨਾਂ ਨੇ। ਇੱਕ ਮਿੰਟ ਯਾਰ, ਬਹੁਤ ਕਾਲਾ, ਇਸ ਵਾਸਤੇ ਬੁਲਾਇਆ ਇਹਨਾਂ ਨੇ, ਸਿਰਫ ਆਹ ਕਰਨ ਵਾਸਤੇ, ਮੀਡੀਆ ਤੇ ਬੁਲਾਉਣ ਵਾਸਤੇ ਇਹਨਾਂ ਨੇ। ਸਿਰਫ ਪੈਸੇ ਗਿਣ ਰਹੇ ਸੀ ਜਦੋਂ? ਨਹੀਂ, ਅਸੀਂ ਕਰ ਰਹੇ ਸੀਗੇ, ਇਹ ਟੇਬਲ ਤੇ ਪਏ ਹੋਏ ਪੈਸੇ ਇਹਨਾਂ ਨੇ ਬੁਲਾ ਕੇ ਸਾਨੂੰ ਇਹ ਕੋਸ਼ਿਸ਼ ਕੀਤੀ ਹੈ ਇਹਨਾਂ ਨੇ, ਇੱਥੇ ਪੈਸੇ ਰੱਖ ਲੈਣੇ, ਸਿਰਫ ਗੱਲ ਇਹ ਹੋਈ ਸੀ ਇਹਨਾਂ ਦੀ, ਕਹਿੰਦੇ ਵੀ ਅਸੀਂ ਬੇਟੀ ਦਾ ਵਿਆਹ ਕਰਾਂਗੇ, ਕੋਈ ਚੱਕਰ ਨਹੀਂ। ਅਕਾਊਂਟ ਨੰਬਰ ਦਿੱਤਾ ਤੁਸੀਂ ਆਪਦਾ ਇਹਨਾਂ ਨੂੰ? ਅਸਲ ਵਿੱਚ ਮੁੰਡੇ ਨੇ ਵਿਆਹ ਤੋਂ ਪਹਿਲਾਂ ਕੁੜੀ ਨਾਲ ਸਰੀਰਕ ਸੰਬੰਧ ਬਣਾਈ ਸੀ, ਜਿਸ ਕਰਕੇ ਉਹ ਕੁੜੀ ਮੁੰਡੇ ਦੇ ਵਿਆਹ ਹੋਣ ਮਗਰੋਂ ਉਸ ਮੁੰਡੇ ਨੂੰ ਬਲੈਕਮੇਲ ਕਰ ਰਹੀ ਸੀ। ਕੁੜੀ ਮੁੰਡੇ ਤੋਂ 10 ਲੱਖ ਰੁਪਏ ਦੀ ਮੰਗ ਕਰ ਰਹੀ ਸੀ, ਤੇ ਇਸ ਵਿੱਚ ਕੁੜੀ ਨਾਲ ਕੁੜੀ ਦੇ ਮਾਂ ਪਿਓ ਵੀ ਸ਼ਾਮਿਲ ਸਨ। ਤੇ ਮੁੰਡੇ ਦੀ ਘਰਵਾਲੀ ਨੇ ਆਪਣੀ ਇੱਕ ਸਹੇਲੀ ਨਾਲ ਮਿਲ ਕੇ ਉਸ ਕੁੜੀ ਦਾ ਪਰਦਾਫਾਸ਼ ਕਰ ਦਿੱਤਾ। ਆਓ ਸੁਣਦੇ ਹਾਂ ਕੀ ਕਹਿਣਾ ਮੁੰਡੇ ਦੀ ਘਰਵਾਲੀ ਦਾ। ਉਸ ਤੋਂ ਬਾਅਦ ਲੜਕੀ ਲਈ ਸਾਡੇ ਕੋਲੋਂ ਪੈਸੇ ਦੀ ਮੰਗ ਕਰਨ ਲੱਗੇ ਕਿ ਸਾਨੂੰ 15 ਲੱਖ ਦਿਓ ਤੁਸੀਂ, ਅਤੇ ਅਸੀਂ ਅੱਗੇ ਕੇਸ ਨਹੀਂ ਕਰਾਂਗੇ ਨਾ, ਮੈਂ ਤੁਹਾਡੇ ਹਸਬੈਂਡ ਨੂੰ ਬਚਾ ਲਾਂਗੀ, ਲੜਕੀ ਕਹਿੰਦੀ। ਅਤੇ ਫਿਰ ਉਸ ਤੋਂ ਬਾਅਦ ਮੇਰੀ ਕਾਜਲ ਮੈਮ ਦੇ ਨਾਲ ਗੱਲਬਾਤ ਹੋਈ, ਅਤੇ ਉਹਨਾਂ ਨੇ ਕਿਹਾ ਕਿ ਨਹੀਂ, ਆਪਾਂ ਉਹਨਾਂ ਨੂੰ ਕੋਈ ਪੈਸੇ ਨਹੀਂ ਦੇਣੇ ਹੈਗੇ, ਬਿਕੋਜ਼ ਅਗਰ ਤੇਰੇ ਹਸਬੈਂਡ ਦਾ ਕੋਈ ਕਸੂਰ ਨਹੀਂ ਹੈਗਾ, ਤੁਸੀਂ ਆਪਸੀ ਸਹਿਮਤੀ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਹਾਂ, ਠੀਕ ਹੈ। ਤੂੰ ਉਹ ਹਮੇਸ਼ਾ ਮੇਰੇ ਹਸਬੈਂਡ ਤੋਂ ਇੱਕ ਪੈਸੇ ਦੀ ਡਿਮਾਂਡ ਕਰਦੀ ਸੀਗੀ ਕਿ ਮੈਨੂੰ ਇੰਨੇ ਪੈਸੇ ਦਿਓ। ਇੱਕ ਟਾਈਮ 'ਤੇ ਆਣ ਕੇ ਉਹਨਾਂ ਨੇ ਮੇਰੇ ਹਸਬੈਂਡ ਨੇ ਪੈਸੇ ਦੀ ਜਿਹੜੀ ਆ ਉਹਨੂੰ ਦੇਣੇ ਬੰਦ ਕਰ ਦਿੱਤੇ ਕਿ ਮੈਂ ਤੈਨੂੰ ਇਹ ਪੈਸੇ ਨਹੀਂ ਦੇ ਸਕਦਾ, ਕਿਉਂਕਿ ਉਹ ਅਕਸਰ ਪੈਸੇ ਦੀ ਡੇਲੀ ਡਿਮਾਂਡ ਕਰਦੀ ਸੀਗੀ। ਦੈਨ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪੈਸੇ ਦੀ ਦੇਣੇ ਬੰਦ ਕਰ ਦਿੱਤੇ, ਕੁੜੀ ਕਹਿੰਦੀ ਕਿ ਚਲੋ ਠੀਕ ਆ ਕਿ ਤੂੰ ਆਪਣੀ ਮੈਰਿਜ ਕਰਾ ਲਾ, ਮੈਂ ਆਪਣੀ ਮੈਰਿਜ ਕਰਾ ਲਾਂਗੀ, ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ। ਉਹ ਕਹਿੰਦੀ ਕਿ ਤੂੰ ਮੇਰੇ ਅਤੇ ਮੇਰੇ ਘਰਦਿਆਂ ਦਾ ਖਰਚਾ ਕਿਵੇਂ ਚੱਕੇਂਗਾ ਜੇ ਤੂੰ ਮੈਨੂੰ ਅੱਜ ਪੈਸੇ ਨਹੀਂ ਦੇ ਰਿਹਾ। ਉਹ ਕਹਿੰਦਾ ਕਿ ਠੀਕ ਆ, ਤੂੰ ਮੇਰੀ ਵਾਈਫ ਆ, ਹੈ ਨਾ, ਮੈਂ ਤੇਰਾ ਖਰਚਾ ਚੱਕੂੰਗਾ, ਪਰ ਮੈਂ ਤੁਹਾਡੇ ਘਰਦਿਆਂ ਦਾ ਕਿਉਂ ਖਰਚਾ ਚੱਕੂੰਗਾ।
ਠੀਕ ਹੈ ਅਤੇ ਇਸ ਗੱਲ ਤੋਂ ਉਹਨੇ ਉਹ ਬੈਕ ਸਟੈਪ ਲੈ ਲਿਆ ਜਿਸ ਕਰਕੇ ਮੇਰੇ ਹਸਬੈਂਡ ਨੇ ਉਹਦੇ ਬੈਕ ਸਟੈਪ ਹੋਣ ਦੇ ਕਰਕੇ ਮੇਰੇ ਹਸਬੈਂਡ ਨੇ ਪੋਇਜ਼ਨ ਪੀ ਲਿਆ ਠੀਕ ਹੈ ਉਹਨੇ ਆਪਣੀ ਲਾਈਫ ਸਪੋਇਲ ਕਰਨ ਦੀ ਕੋਸ਼ਿਸ਼ ਕੀਤੀ ਦੈਨ ਉਸ ਤੋਂ ਬਾਅਦ ਉਹਨੇ ਕਿਹਾ ਕਿ ਠੀਕ ਆ ਅਗਰ ਉਹਨੇ ਕੁੜੀ ਨੇ ਆਪਣੀ ਚੂੜੇ ਵਾਲੀ ਇੱਕ ਸਾਨੂੰ ਫੋਟੋ ਸੈਂਡ ਕੀਤੀ ਮੇਰੇ ਹਸਬੈਂਡ ਨੂੰ ਵਟਸਐਪ 'ਤੇ ਜਿਹੜਾ ਕਿ ਇਸ ਟਾਈਮ 'ਤੇ ਮੇਰੇ ਕੋਲ ਪਰੂਫ ਅਵੇਲੇਬਲ ਵੀ ਹੈਗੇ ਨੇ ਉਹਨਾਂ ਨੂੰ ਫੋਟੋ ਸੈਂਡ ਕੀਤੀ ਠੀਕ ਆ ਉਹਨੇ ਸੋਚਿਆ ਕਿ ਇਹਦੀ ਮੈਰਿਜ ਹੋ ਗਈ ਆ ਦੈਨ ਉਸ ਤੋਂ ਬਾਅਦ ਉਹਨੇ ਫਿਰ ਸਾਡੀ ਮੈਰਿਜ ਹੋਈ ਮੈਰਿਜ ਤੋਂ ਸਡਨਲੀ 2 ਮਹੀਨੇ ਬਾਅਦ ਹੀ ਕੁੜੀ ਨੂੰ ਪਤਾ ਲੱਗਾ ਕਿ ਮੁੰਡੇ ਦੀ ਵਿਆਹ ਹੋ ਚੁੱਕਾ ਹੈ ਉਹਨੇ ਜਾ ਕੇ FIR ਦਰਜ ਕਰ ਦਿੱਤੀ ਠੀਕ ਹੈ ਕਿ ਆਪਣੀ ਕੰਪਲੇਂਟ ਦਿੱਤੀ ਕੰਪਲੇਂਟ ਤੋਂ ਬਾਅਦ ਹੁਣ 8 ਮਹੀਨੇ ਬਾਅਦ ਉਹਨਾਂ 'ਤੇ FIR ਹੋਈ ਅੱਜ ਐਕਚੁਅਲੀ ਇਹਨਾਂ ਨੇ ਸਾਡੇ ਕੋਲੋਂ ਪੈਸੇ ਦੀ ਮੰਗ ਕੀਤੀ ਸੀ 10 ਲੱਖ ਦੀ ਠੀਕ ਹੈ ਕਿ 10 ਲੱਖ ਰੁਪਇਆ ਸਾਨੂੰ ਦਿਓ ਅਤੇ ਅੱਜ ਜੇ ਸਾਡੇ ਕੋਲੋਂ ਪੈਸੇ ਲੈਣ ਆਏ ਸੀਗੇ ਜਿਹਦੇ ਵਿੱਚ ਕਿ 1,45,000 ਦੀ ਅਮਾਊਂਟ ਸੀਗੀ ਸਾਡੇ ਕੋਲ ਲੈਣ ਆਏ ਸੀਗੇ ਅਤੇ ਉਸ ਤੋਂ ਬਾਅਦ ਜਿਹੜੀ ਔਨ ਦਾ ਸਪੋਟ ਮੌਕੇ 'ਤੇ ਆਣ ਕੇ ਪੁਲਿਸ ਨੇ ਉਹਨਾਂ ਨੂੰ ਅੱਗੇ ਹੁਣ ਜਿਹੜੀ ਕਾਰਵਾਈ ਹੋਈ ਮੱਧ ਪ੍ਰਦੇਸ਼ ਤੋਂ ਆਈ ਜਵਾਲਾ ਸ਼ਕਤੀ ਸੰਘਰਸ਼ ਦੀ ਪ੍ਰਬੰਧਕ ਕਾਜਲ ਦਾ ਕਹਿਣਾ ਹੈ ਕਿ ਉਹ ਕੁੜੀਆਂ ਵੱਲੋਂ ਬਲੈਕਮੇਲ ਕੀਤੇ ਜਾ ਰਹੇ ਬੇਕਸੂਰ ਮੁੰਡਿਆਂ ਦੀ ਮਦਦ ਕਰਦੀ ਹੈ ਜਿਨ੍ਹਾਂ 'ਤੇ ਕੁੜੀਆਂ ਵੱਲੋਂ ਝੂਠੇ ਬਲਾਤਕਾਰ ਆਦਿ ਦਾ ਮਾਮਲਾ ਦਰਜ ਕਰਵਾ ਦਿੱਤਾ ਜਾਂਦਾ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਕਾਜਲ ਦਾ ਇਸ ਪੂਰੇ ਮਾਮਲੇ 'ਤੇ पूरे भारत देश के अंदर ज्वाला शक्ति संघर्ष के साथ एक अभियान चलाया जा रहा है मेरे द्वारा बेटा बचाओ अभियान इस बेटा बचाओ अभियान का मतलब यह है कि झूठे केसेस जो होते हैं रेप केसेस जिसमें शादी का झांसा देकर लड़कों पर जो फंसाया जाता है और उसके बदले में जो धन उगाही की जाती है पैसा मांगा जाता है डाउरी केसेस जो झूठे होते हैं मैं उनमें लड़कों की हेल्प करती हूँ फीमेल के अंगेज जाकर तो इसी केस के संदर्भ में मेरे को यहाँ से कॉन्टैक्ट आया और बताया कि इस तरह की बात है 10 लाख रुपए में इन्होंने डील डन की थी इससे पहले 15 लाख की डिमांड आई थी इनकी तरफ से सारे कॉल्स वगैरह जो भी हैं अपने पास सारी रिकॉर्डिंग अवेलेबल हैं इनके द्वारा जो पैसे की मांग की गई थी और 10 लाख में जब फाइनल हुई डील तो इनकी कल बेटी भी आई थी इनकी पत्नी भी आई थी जिन्होंने ये कहा था कि 2 लाख रुपये आप हमें कैश और 4-4 लाख रुपये रीना रानी के अकाउंट में और 1 चरणजीत सिंह के अकाउंट में मतलब बेटी और बेटी के पिताजी के ये 10 लाख रुपए पूरे लेने आए थे जिसमें से 2 लाख रुपए कैश और 4-4 लाख रुपए अलग अलग अकाउंट में जिनकी हमारी तरफ से अभी 500-500 रुपए ट्रांजेक्शन इनके सामने दिखाकर कंफर्म करने के लिए इन दोनों के अकाउंट में किया गया जब कंफर्म हो गया इनका अकाउंट है और 2 लाख रुपए कैश मंगाए थे 14 नंबर FIR ਸਾਡੇ ਰੇਪ ਦੀ ਦਰਜ ਹੋਈ ਸੀਗੀ ਉਹਦੇ ਵਿੱਚ ਲੜਕੀ ਨੇ ਐਲੀਗੇਸ਼ਨ ਲਾਇਆ ਸੀ ਵਿਆਹ ਕਰਾ ਕੇ ਮੇਰੇ ਨਾਲ ਸਰੀਰਕ ਸ਼ੋਸ਼ਣ ਕਰਕੇ ਉਹਦੇ ਸਬੰਧ 'ਚ FIR ਦਰਜ ਹੋਈ ਸੀਗੀ ਆਫਟਰ ਇਨਕੁਆਇਰੀ ਪਰਚਾ ਦਰਜ ਹੋਇਆ ਸੀ ਇਹਦੇ ਵਿੱਚ ਇਹ ਜਿਹੜੇ ਲੜਕੀ ਦੇ ਪਰਿਵਾਰ ਵਾਲੇ ਬਾਰੇ ਪਤਾ ਲੱਗਿਆ ਕਿ ਬਲੈਕਮੇਲਿੰਗ ਕਰਕੇ ਰਾਜੀਨਾਮਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਉਹ ਬਲੈਕਮੇਲਿੰਗ ਦੀ ਜੋ ਡੀਲਿੰਗ ਹੋਈ ਉਹਦੇ ਵਿੱਚ ਇਹ ਪਤਾ ਲੱਗਿਆ ਵੀ 10 ਲੱਖ ਰੁਪਏ ਦੀ ਗੱਲ ਹੋਈ ਸੀ ਔਰ 1,45,000 ਰੁਪਇਆ ਜਿਹੜਾ ਰਿਕਵਰ ਹੋ ਗਿਆ ਮੌਕੇ 'ਤੇ ਅਤੇ ਜਿਹੜਾ ਬਾਕੀ ਦੇ ਪੈਸੇ ਚੈੱਕ ਦੇ ਰਹੀ ਸੀ ਚੈੱਕ ਦੀ ਬਰਾਮਦਗੀ ਬਾਕੀ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਰੀਸੈਂਟਲੀ ਥੋੜ੍ਹੇ ਦਿਨਾਂ ਦੀ ਗੱਲ ਹੀ ਹੈ 14 ਨੰਬਰ FIR 2020 ਦੀ ਹੈ